ਜਿਹੜਾ ਅੱਜ ਤੁਸੀਂ ਧਰਨਾ ਦਿੱਤਾ ਸੀਗਾ ਇਹ ਕਿਸ ਵੇਸ ਤੇ ਕਿਹਨੇ ਤੁਹਾਨੂੰ ਭਰੋਸਾ ਦਵਾਇਆਗਾ? ਭਰੋਸਾ ਇਹ ਦਵਾਇਆ ਜੀ ਵੀ ਕੱਲ SDM ਸਾਹਿਬ ਤੇ DC ਸਾਹਿਬ ਨਾਲ ਸਾਡੀ ਮੁਲਾਕਾਤ ਹੋਏਗੀ, ਉਹਨਾਂ ਤੋਂ ਸਾਨੂੰ ਨੈਕਸਟ CM ਸਾਹਿਬ ਨੂੰ ਮਿਲਣ ਦਾ ਪ੍ਰੋਸੈਸ ਦੱਸਿਆ ਜਾਏਗਾ ਵੀ ਤੁਹਾਨੂੰ ਕਿਵੇਂ ਮਿਲਾਇਆ ਜਾਏਗਾ। ਉਸ ਤੋਂ ਬਾਅਦ ਜੇ ਤੁਹਾਡਾ ਹੱਲ ਉਹ ਕਹਿੰਦੇ ਕੱਢ ਦਿੱਤਾ ਜਾਊਗਾ, ਲੇਕਿਨ ਨਾ ਆ ਗਿਆ ਤਾਂ ਇਸ ਤੋਂ ਬਾਅਦ ਅਸੀਂ ਹੋਰ ਰੋਡ ਵੀ ਜਾਮ ਕਰਾਂਗੇ। ਅੱਜ ਤਾਂ ਅਸੀਂ 100 ਜਣੇ ਹਾਂ, ਹੋ ਸਕਦਾ ਨੈਕਸਟ ਟਾਈਮ ਅਸੀਂ 200-300 ਦੀ ਗਿਣਤੀ 'ਚ ਆਈਏ। ਅਤੇ ਇਹ ਕੰਮ ਅਸੀਂ ਕਰਾ ਕੇ ਆਉਣਾ ਅਤੇ ਨਿਯੁਕਤੀ ਪੱਤਰ ਲੈਣੇ ਆ ਅਸੀਂ, ਹੋਰ ਸਾਡੀ ਕੋਈ ਡਿਮਾਂਡ ਨਹੀਂ। ਸਾਨੂੰ ਨੌਕਰੀਆਂ 'ਤੇ ਬਿਠਾਓ, ਅਸੀਂ ਕਲੈਰੀਕਲ ਟੈਸਟ ਪਾਸ ਕੀਤਾ। ਉਹਨਾਂ ਨੇ CM ਸਾਹਿਬ ਨਾਲ ਮਿਲਣ ਦੀ ਕਹੀ ਹੈ ਤਾਂ SDM ਸਾਹਿਬ ਨਾਲ? ਫਿਲਹਾਲ ਕੱਲ੍ਹ ਤਾਂ SDM ਸਾਹਿਬ DC ਸਾਹਿਬ ਨਾਲ ਮਿਲ ਕੇ ਪ੍ਰੋਟੋਕੋਲ ਫੋਲੋ ਕਹਿੰਦੇ ਕਰਨਾ ਪੈਂਦਾ, ਉਹਨਾਂ ਥਰੂ ਹੀ ਅੱਗੇ ਅਸੀਂ ਮਿਲਾਵਾਂਗੇ, ਸਿੱਧਾ ਅਸੀਂ CM ਸਾਹਿਬ ਨੂੰ ਨਹੀਂ ਮਿਲਾ ਸਕਦੇ। ਅਗਰ ਤੁਹਾਡੀ CM ਸਾਹਿਬ ਨਾਲ ਨਹੀਂ ਹੁੰਦੀ ਤੁਹਾਡਾ ਅਗਲਾ ਕਦਮ ਕੀ ਹੋਵੇਗਾ? ਅਗਲਾ ਕਦਮ ਇਹ ਹੈ ਵੀ ਇਸ ਤੋਂ ਬਾਅਦ ਕੁਚੋ ਕੈਂਚੀਆ ਰੋਡ ਹੈ ਜਾਂ ਸੜਕ ਜਾਮ ਹੋਊਗੀ ਜਾਂ ਰੋਡ ਸ਼ੋਅ ਹੋਊਗਾ ਤੇ ਟੈਂਕੀਆਂ ਚੜਾਂਗੇ। ਲਾਸਟ ਅਗਸਤ ਦੇ ਵਿੱਚ 2021 ਦੇ ਵਿੱਚ ਇੱਕ ਬੱਚਾ ਸਾਡਾ ਕੈਂਡੀਡੇਟ ਉਹ ਸੁਸਾਈਡ ਕਰ ਚੁੱਕਿਆ। ਹੋ ਸਕਦਾ ਜੇ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦੀਆਂ ਘਟਨਾ ਵੀ ਵਾਪਰ ਸਕਦੀਆਂ ਜੇ ਨਾ ਪ੍ਰਸ਼ਾਸਨ ਦੀ ਸੁਣਵਾਈ ਹੋਈ, ਉਦੋਂ ਪਤਾ ਲੱਗ ਜੂਗੀ ਵੀ ਇਲੈਕਸ਼ਨ ਨੇੜੇ ਆਈ ਲਓ ਪਤਾ ਲੱਗ ਜੂਗੀ ਸਰਕਾਰਾਂ ਕੀ ਸੋਚ ਕੇ ਅਸੀਂ ਲਿਆਂਦਾ ਸੀ ਉਹਨਾਂ ਨੂੰ ਤੇ ਕੀ ਕਰ ਰਹੀ ਹੈ। मुलाकात करवाई जाऊगी जल्दी, ये भरोसा दवा के उन्होंने अज जिहड़ा है ये रोड असीं ने जाम किया होया सी इस नूं खुलवाया, तो सानू उम्मीद है भी साडी मंग है जिहड़ी ओह CM साहब जल्दी सुनणी। ਸੰਗਰੂਰ ਬਾਜ਼ਾਰ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਸੀਗਾ, ਉਸ ਤੋਂ ਬਾਅਦ ਨਰਿੰਦਰ ਭਰਾਜ ਜੀ ਨੂੰ MLA ਸਾਹਿਬ ਨੂੰ ਅਸੀਂ ਆਪਦਾ ਡਿਮਾਂਡ ਲੈਟਰ ਦਿੱਤਾ ਸੀਗਾ, ਉਹਨਾਂ ਨੇ ਉਦੋਂ ਸਾਨੂੰ ਵਿਸ਼ਵਾਸ ਦਵਾਇਆ ਸੀ ਤੁਹਾਡੇ 1-2 ਦਿਨ ਦੇ ਵਿੱਚ CM ਸਾਹਿਬ ਦੇ ਨਾਲ ਮੁਲਾਕਾਤ ਕਰਾਵਾਂਗੇ। ਪਰ ਜਦੋਂ 2-3 ਦਿਨ ਬਾਅਦ ਆਪਣਾ ਭਰਾਜ ਜੀ ਦੇ ਆਪਣਾ PA ਨੂੰ ਫੋਨ ਕੀਤਾ, ਉਹ ਕਹਿੰਦਾ ਜੀ CM ਸਾਹਿਬ ਦੀਆਂ ਜਿੰਨੀਆਂ ਕੁ ਫਾਈਲਾਂ ਹੈਗੀਆਂ ਨੇ ਉਹ ਜਦੋਂ ਫਾਈਲਾਂ ਕਲੀਅਰ ਹੋ ਜਾਣਗੀਆਂ ਤੁਹਾਡੀ ਫਾਈਲ ਦਾ ਨੰਬਰ ਆਊ ਤਾਂ ਉਦੋਂ ਤੁਹਾਡੀ ਮੀਟਿੰਗ ਹੋਊਗੀ। ਤੇ ਮਤਲਬ ਸਿੱਧੇ ਸਪਸ਼ਟ ਜੀ ਗੱਲ ਇਹ ਹੈ ਕਿ ਸਾਨੂੰ ਸਪਸ਼ਟ ਜਵਾਬ ਦਿੱਤਾ ਉਹਨਾਂ ਨੇ ਵੀ ਤੁਹਾਡੀ ਕੋਈ ਮੀਟਿੰਗ ਨਹੀਂ ਹੈਗੀ, ਸਾਡੇ ਤੋਂ ਕੋਈ ਉਮੀਦ ਨਾ ਰੱਖੋ, ਇਸੇ ਲਈ ਅਸੀਂ ਅੱਜ ਮਜਬੂਰ ਹੋ ਕੇ ਇਹ ਰੋਡ ਜਾਮ ਕੀਤਾ ਹੈ। ਜੇਕਰ ਸਾਡੀ ਹੁਣ ਜਿਵੇਂ DSP ਸਾਹਿਬ ਸਾਨੂੰ ਭਰੋਸਾ ਦਵਾ ਕੇ ਗਏ ਨੇ CM ਨਾਲ ਮੀਟਿੰਗ ਹੋਊਗੀ ਤਾਂ ਠੀਕ ਹੈ, ਜੇ ਮੀਟਿੰਗ ਸਾਡੀ ਨਹੀਂ ਹੋਊਗੀ ਤਾਂ ਅਸੀਂ ਇਸ ਤੋਂ ਅੱਗੇ ਜਿਹੜੀ ਹੋਰ ਸਖਤ ਕਾਰਵਾਈ ਹੈ ਆਪਦੇ ਵੱਲੋਂ ਉਹ ਵਿਰੁੱਧ ਵਿਢਾਂਗੇ।